ठाकरो बैरागरो मैं देही कणचेरी राम तू सागरो रत्नागरो हौ सार न जाना तेरी राम सार न जाना तू वडदाना कर मेहरमत साई कृपा की जय सा मत दीजे आठ पहर तुध त्याई गर्भ न की जय रेण हो विजय
ਤਾਂਗਤ ਜੀ ਰੇ ਤੇਰੀ ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਤੇਰੇ ਜੈਸਾ ਆਨੰਦ ਆਲੂ ਸਚੇ ਪਾਤਸ਼ਾਹ ਤੇ ਮੇਰੇ ਵਰਗਾ ਪਾਪੀ ਕੋਈ ਨਾ ਤੇਰੇ ਜੈਸਾ ਆਨੰਦ ਆਲੂ ਸਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਬੋ ਬਹੁਤ ਜਨਮ ਬਿਛਰੇ ਥੇ ਮਾਰੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਨਿਰਭਇਓ ਦਰਸ਼ਨ ਦੇਖੇ ਸਰ ਦੀਨ ਦਿਆਲ ਨ ਤੁਮ ਸਰ ਤੋ ਸੋ ਨਾਥ ਅਨਾਥ ਨਾਮੋ ਸਰ ਤੋ ਸੋ ਨ ਦਾਨੀ ਨਮੋ ਸੋ ਪਿਠਾਰੀ ਮੋ ਸੋ ਨ ਦੀਨ ਦਿਆਲ ਨ ਤੋ ਸਰ ਮੋ ਸੋ ਅਗਿਆਨ ਨ ਤੋ ਸੋ ਬਿਚਾਰ ਮੋਸੋ ਨ ਪਤਿਤ ਪਾਵਨ ਨ ਤੋ ਸਰ ਮੋਸੋ ਵਿਕਾਰੀ ਨ ਤੋ ਸੋ ਉਪਕਾਰੀ ਮੋਰੇ ਹੈ ਅਵ ਗੁਣ ਤੂੰ ਗੁਣ ਸਾਗਰ ਜਾਤਰ ਸਤਲ ਕੋਟ ਤੁਹਾਰੀ ਹਮ ਸਰ ਦੀਨ ਦਿਆਲ ਮੇਰੇ ਦੀਨ ਦਿਆਲਾ ਜੀ ਸੁਣ ਲਓ ਬੇਨਤੀਆਂ ਦੀਨ ਦਿਆਲਾ ਜੀ ਸੁਣ ਲਓ ਬੇਨਤੀਆਂ ਦੀਨ ਦਿਆਲਾ ਜੀ ਦਿਆਲਾ ਜੀ ਸੁਣ ਲਓ ਬੇਨਤੀਆਂ
ਵਾਹਿਗੁਰੂ ਵਾਹਿਗੁਰੂ ਬੇਨਤੀ ਹੈ ਸਾਰੇ ਬੋਲੋ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾ ਕੇ ਸਾਰੇ ਕਿਰਪਾ ਕਰੋ ਕੋਈ ਵਾਂਝਾ ਨਾ ਰਵੇ ਬੋਲੋ ਵਾਹਿਗੁਰੂ 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 ਵਾਜੁਰ 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 ਵਾ
Waheguru, 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 ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਹਰ ਸੱਜਣ ਲੱਗਾ ਜੀ ਸਾਰਾ ਜਗ ਢੂੰਡ ਕੇ ਹਰ ਸੱਜਣ ਲੱਗਾ ਜੀ ਗੁਰਮੁਖ ਟੂੰਡ ਟੁੰਡੇਨਿਆ ਹਰ ਸੱਜਣ ਲੱਗਾ ਰਾਮ ਰਾਜੇ
ਦਰਸ਼ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਮਰਿਆ ਸਾਜੀ ਨਵਾਜੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਾਰੇ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਦੁਬਾਰਾ ਨਾ ਕਹਿਣਾ ਪਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਰਲ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ ਆਲੇ ਦੁਆਲੇ ਥੋੜ੍ਹਾ ਬਹੁਤ ਸ਼ੋਰ ਸ਼ਰਾਬਾ ਹੈ ਪਰ ਮਨ ਇਕਾਗਰ ਕਰਕੇ ਰੱਖਾਂਗੇ ਫਿਰ ਧਿਆਨ ਨਹੀਂ ਜਾਏਗਾ ਕਿਉਂਕਿ ਇਸ ਗਰਾਊਂਡ ਦੀ ਪਰਮਿਸ਼ਨ ਵੀ ਪਰਸੋਂ ਹੀ ਮਿਲੀ ਹੈ ਦੱਸਦੇ ਸੀ ਗੁਰਮੁਖ ਪਿਆਰੇ ਪ੍ਰਬੰਧਕ ਕਿ ਤੁਹਾਨੂੰ ਪਤਾ ਹੀ ਹੈ ਬੜੀ ਮੁਸ਼ਕਲ ਹੋ ਜਾਂਦਾ ਸਮਾਗਮ ਕਰਨਾ ਹੈ ਅਤੇ ਤਿਆਰੀਆਂ ਹੋ ਗਈਆਂ ਇਸ਼ਤਿਹਾਰ ਵੀ ਲੱਗ ਗਏ ਪਰ ਪਰਮਿਸ਼ਨ ਨਹੀਂ ਸੀ ਮਿਲ ਰਹੀ ਅਤੇ ਬੜੀ ਮੁਸ਼ਕਲ ਨਾਲ ਇਹ ਜਗ੍ਹਾ ਦੀ ਪਰਮਿਸ਼ਨ ਮਿਲੀ ਅਤੇ ਮਹਾਰਾਜ ਸਾਹਿਬ ਜੀ ਨੇ ਮੌਕਾ ਬਖਸ਼ਿਆ ਚਲੋ ਇਕਾਗਰਤਾ ਹੁਣ ਬਣਾਉਣ ਦਾ ਯਤਨ ਕਰਨਾ ਹੈ ਜਿੰਨਾ ਕੁ ਸਮਾਂ ਸਾਡੇ ਕੋਲ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ ਮਨ ਜੋੜਨ ਦਾ ਯਤਨ ਕਰੀਏ ਸਤਿਗੁਰੂ ਜੀ ਨੇ ਸਬੱਬ ਨਾਲ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ ਪੂਰਾ ਪੂਰਾ ਲਾਹਾ ਤਦਈ ਹੈ ਅਗਰ ਮਨ ਇਕਾਗਰ ਕਰਕੇ ਬੈਠਿਆ ਜਾਏ ਸੰਗਤ ਕਰਦਿਆਂ ਕਰਦਿਆਂ ਹੌਲੀ ਹੌਲੀ ਮਨ ਨੂੰ ਰੰਗਤ ਚੜ੍ਹ ਜਾਂਦੀ ਹੈ ਕਈ ਗੁਰਮੁਖ ਇੱਦਾਂ ਦੇ ਨੇ ਸੰਗਤ ਵਿੱਚ ਬੈਠਦੇ ਨੇ ਬਹਿਣ ਸਾਰ ਉਹਨਾਂ ਦਾ ਮਨ ਇਕਾਗਰ ਹੋ ਜਾਂਦਾ ਦੋ ਘੰਟੇ ਢਾਈ ਘੰਟੇ ਲੰਘੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਤੇ ਜਿਹੜੇ ਕੱਚੇ ਨੇ ਕਦੀ ਕਦੀ ਸੰਗਤ ਕਰਨ ਵਾਲੇ ਨੇ ਉਹਨਾਂ ਦਾ ਫਿਰ ਮਨ ਇਕਾਗਰ ਨਹੀਂ ਹੁੰਦਾ ਬੜਾ ਸਮਾਂ ਲੱਗਦਾ ਹੈ ਬੜਾ ਟਾਈਮ ਲੱਗਦਾ ਹੈ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਮਨ ਨੂੰ ਨਾਮ ਦੀ ਰੰਗਤ ਚੜ੍ਹਦੀ ਹੈ ਸੋ ਕਲਯੁੱਗ ਦਾ ਪਹਿਰਾ ਹੋਣ ਕਰਕੇ ਮਨ ਨੂੰ ਇਸ ਪਾਸੇ ਜੋੜਨਾ ਸੌਖੀ ਬਾਤ ਨਹੀਂ ਕਠਿਨ ਨਹੀਂ ਵਾਹਿਗੁਰੂ ਸੌਖਾ ਨਹੀਂ ਬੜੀ ਕਠਿਨ ਗੱਲ ਹੈ ਮਾੜੇ ਪਾਸੇ ਲੱਗ ਜਾਏ ਇਹਦੇ ਵਰਗਾ ਦੁਸ਼ਮਣ ਕੋਈ ਨਹੀਂ ਚੰਗੇ ਪਾਸੇ ਲੱਗ ਜਾਏ ਫਿਰ ਮਨ ਵਰਗਾ ਮਿੱਤਰ ਵੀ ਕੋਈ ਨਹੀਂ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੋ ਇਹ ਸਮਾਂ ਇਹ ਸਮੇਂ ਨੂੰ ਸਫਲ ਕਰਨ ਦਾ ਯਤਨ ਕਰਨਾ ਚਾਹੀਦਾ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮਨ ਇਕਾਗਰ ਹੋ ਜਾਏ ਫਿਰ ਸੰਸੇ ਵਾਲੀ ਗੱਲ ਹੀ ਨਹੀਂ ਫਿਰ ਆਵਾਗਮਨ ਦਾ ਚੱਕਰ ਮਿਟ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਅੰਤ ਪਰਮਗਤ ਪਾਏ ਪਰਮਗਤੀ ਨੂੰ ਪ੍ਰਾਪਤ ਹੁੰਦਾ ਗੁਰਸਿੱਖ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ ਜਿਵੇਂ ਮੇਰੇ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੋ ਕਿ ਗੜ੍ਹ ਸ਼ੰਕਰ ਦੇ ਵਿੱਚ ਰਹਿਣ ਵਾਲੇ ਜੋਗੀ ਨੇ ਲੋਕਾਂ ਨੂੰ ਲਾਲਚ ਦਿੱਤੇ 40 ਦਿਨ ਚੌਂਕੜਾ ਮਾਰ ਕੇ ਬਹਿ ਗਿਆ
40 دن بعد باہر نکلیا تے کہن لگ پیا جیڑا میرے درشن کرے گا اونوں سورگ ملے گا دو سال واسطے تے لوگ پجے جاندے نے جدوں سنیا بھی جوگی ایداں کہندا ہے اودے چیلیاں نے جا جا کے گھر گھر پنڈ پنڈ سنیا دتا بہت سارے لوگ اس جوگی دے درشن کرن واسطے گئے پر بڑا صدقی بڑا پیارا سکھ جویں تساں سنیا ہے گرو ارجن دے مہاراج دا بھائی تلکو وہ جڑیا ہویا سی ستگرو دے چرناں نال تے کہندے نے سارے درشن کرن گئے وہ کلا ہی نہیں گیا کہندا میں نہیں جانا وہ دے جوگی دے چیلیاں نے جوگی پوچھدا ہے کہندا سارے درشن کر گئے نے میرے سب آئے کہندے جی سارے آئے کوئی نہیں آیا بھائی تلکو وہ دا نام ہے بھائی تلکو وہ کلا نہیں آیا ہور سارے آئے سارے تواڈے درشن کرن آئے نے وہ کلا نہیں آئے انہیں اپنے مرید بھیجے کہندے جاؤ انہوں سد کے لیاؤ ہوراں دو سال واسطے سورگ ملدا نو چار سال واسطے سورگ ملے گا بھائی تلکو کول گئے کہندے تینوں چار سال لئی سورگ ملے گا کہندا میں نہیں جانا سانوں تے جیوندیاں نوں ستگوراں نے سورگ دتا کہڑے سورگ دیاں گلاں کر دو سکھ تے جیوندا ہی سچ کھنڈ چ رہندا جدا من مر دے چرناں نال جڑیا جدے ہردے چ سچ ہے ਉਹਦੇ ਲਈ ਸਵਰਗੀ ਉਹਨੂੰ ਦੁਨੀਆ ਵੀ ਸਤਜੋਗੀ ਲੱਗਦੀ ਹੈ ਜਿਹਦੇ ਹਿਰਦੇ 'ਚ ਨਾਮ ਹੋਵੇ ਉਹਨੂੰ ਮਾੜਾ ਕੋਈ ਵੀ ਨਹੀਂ ਲੱਗਦਾ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਿਆ ਉਹਨੂੰ ਸਾਰੇ ਹੀ ਚੰਗੇ ਲੱਗਦੇ ਨੇ ਜਿਹੜੇ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਨੇ ਸਾਧ ਸੰਗਤ ਜਿਹੜੇ ਸਤਿਗੁਰੂ ਦੇ ਦਰ ਘਰ ਨਾਲ ਮਨੋਂ ਜੁੜਦੇ ਨੇ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਕਾਹਦੀ ਸੱਚ ਜਿਨ੍ਹਾਂ ਦੇ ਪੱਲੇ ਵਸਿਆ ਹੋਵੇ ਉਸ ਵੇਲੇ ਆਖਿਆ ਮੈਨੂੰ ਤੇ ਜਿਉਂਦੇ ਨੂੰ ਹੀ ਮਹਾਰਾਜ ਨੇ ਸੱਚਖੰਡ ਦਿੱਤਾ ਮੈਂ ਸੱਚਖੰਡ ਹੋਰ ਕਿਹੜਾ ਲੈਣਾ ਹੈ ਫਿਰ ਗਏ ਕਹਿੰਦੇ ਜੀ ਉਹ ਨਹੀਂ ਮੰਨਦਾ ਉਹ ਕਹਿੰਦਾ ਮੈਂ ਨਹੀਂ ਆਉਣਾ ਕਹਿੰਦਾ ਉਹਨੂੰ ਆਖੋ 10 ਸਾਲ ਵਾਸਤੇ ਸਵਰਗ ਮਿਲੇਗਾ ਇੱਕ ਵਾਰੀ ਆ ਜਾ ਕਹਿੰਦੇ ਅਸੀਂ ਕੀ ਲੈਣਾ ਹੈ ਸਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਿਲੇ ਹੋਏ ਨੇ ਅਸੀਂ ਕੀ ਲੈਣਾ ਥਾਂ ਥਾਂ ਤੇ ਜਾ ਕੇ ਇੱਕੋ ਹੀ ਗੱਲ ਭਾਈ ਤਿਲਕੂ ਨੇ ਆਖੀ ਸੀ ਗੜ ਸ਼ੰਕਰ ਦੇ ਰਹਿਣ ਵਾਲੇ ਗੁਰਮੁਖ ਨੇ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਆ ਉਦੋਂ ਬਿਨਾ ਹੋਰ ਕੋਈ ਆ ਜਾਏ ਭਾਵੇਂ ਠੀਕ ਹੈ ਸਤਿਕਾਰ ਸਾਰੇ ਧਰਮਾਂ ਦਾ ਹੈ ਪਰ ਜੇ ਆਖੋ ਗੁਰੂ ਅਰਜਨ ਦੇਵ ਮਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰ ਜਾਂਗੇ ਜਾਓ ਜਾ ਕੇ ਕਹਿ ਦਿਓ ਸਾਨੂੰ ਉਹੀ ਉਹ ਰੱਬ ਚੰਗਾ ਜਿਹੜਾ ਦੱਸੇ ਬੋਲ ਕੇ ਓਯੋ ਰੱਬ ਚੰਗਾ ਜਿਹੜਾ ਦੱਸੇ
ਚਰਨਾਂ ਨਾਲ ਜੁੜਿਆ ਹੋਇਆ ਭਾਈ ਤਿਲਕੂ ਕਹਿੰਦਾ ਸੀ ਮੈਂ ਆਪਣੇ ਸਤਿਗੁਰੂ ਤੋਂ ਬਿਨਾ ਭਾਵੇਂ ਕੋਈ ਕੁਛ ਵੀ ਦੇਵੇ ਮੈਂ ਨਹੀਂ ਜਾ ਸਕਦਾ, ਮੈਂ ਮੇਰਾ ਸਿਦਕ ਨਹੀਂ ਡੋਲੇਗਾ, ਮੇਰੀ ਸ਼ਰਧਾ ਭੰਗ ਨਹੀਂ ਹੋ ਸਕਦੀ, ਪੱਕਾ ਹੈ ਮਰਦ ਚਰਨਾਂ ਨਾਲ ਜੁੜਿਆ ਹੋਇਆ ਰੱਤੇ ਸਹੀ ਜੇ ਮੁੱਖ ਨਾ ਬਣਨ ਜਿੰਨੀ ਸੰਜਾਤਾ ਸਾਈ। ਪੱਕੇ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਜਿਹੜੇ ਟੁੱਟ ਜਾਂਦੇ ਨੇ ਉਹ ਜੁੜੇ ਹੀ ਨਹੀਂ ਸਨ, ਜੁੜੇ ਹੋਏ ਜਿਹੜੇ ਅੰਦਰੋਂ ਜੁੜਦੇ ਨੇ ਮਨੋਂ ਜੁੜਦੇ ਨੇ ਉਹ ਨਹੀਂ ਕਦੇ ਟੁੱਟਦੇ, ਭਾਵੇਂ ਜੋ ਮਰਜ਼ੀ ਹੋਈ ਜਾਏ। ਤੇ ਸਾਧ ਸੰਗਤ ਹੁਣ ਜਦੋਂ 10 ਸਾਲ ਦਾ ਸਵਰਗ ਦਿੱਤਾ ਤਾਂ ਵੀ ਨਾ ਨਾ ਆਇਆ ਭਾਈ ਤਿਲਕੂ, ਫਿਰ ਉਹਨੇ ਆਪਣੇ ਬੰਦੇ ਭੇਜੇ ਕਹਿੰਦੇ ਦੇ ਘਰ ਨੂੰ ਅੱਗ ਲਾ ਦਿਓ, ਖਤਮ ਕਰ ਦਿਓ, ਘਰ ਸੜੇਗਾ ਫਿਰ ਆਪੇ ਆ ਜਾਏਗਾ। ਕਹਿੰਦੇ ਨੇ ਉਹਦੇ ਘਰ ਨੂੰ ਅੱਗ ਲਾਉਣ ਵਾਸਤੇ ਗਏ, ਭਾਈ ਤਿਲਕੂ ਦੇ ਘਰ ਦੇ ਨੇੜੇ ਜਾਂਦੇ ਨੇ ਜਿਹੜੇ ਬੰਦੇ ਅੱਗ ਲਾਉਣ ਗਏ, ਅੱਗੋਂ ਇਹੋ ਜਿਹਾ ਸੇਕ ਪੈਂਦਾ ਨੇੜੇ ਨਹੀਂ ਜਾਇਆ ਜਾਂਦਾ। ਸਤਿਗੁਰੂ ਫਿਰ ਰਾਖੇ ਬਣਦੇ ਨੇ ਜਿਹੜੇ ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ, ਸਤਿਗੁਰੂ ਉਹਨਾਂ ਲਈ ਪਹਿਰਾ ਦਿੰਦੇ ਜਿਹੜੇ ਸਤਿਗੁਰੂ ਦੇ ਬਚਨ ਕਮਾਉਂਦੇ ਨੇ, ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਨੇ, ਸਤਿਗੁਰੂ ਫਿਰ ਉਹਨਾਂ ਲਈ ਪਹਿਰੇ ਦਿੰਦੇ ਨੇ। ਜਿਹੜੇ ਧਰਮ ਦੀ ਰਕਸ਼ਾ ਕਰਦੇ ਨੇ ਧਰਮ ਫਿਰ ਉਹਨਾਂ ਦੀ ਰਕਸ਼ਾ ਕਰਦਾ ਹੈ, ਜਿਹੜੇ ਧਰਮ ਪਾਲਦੇ ਨੇ ਸਤਿਗੁਰੂ ਦੇ ਦੱਸੇ ਅਸੂਲਾਂ ਤੇ ਚੱਲਦੇ ਨੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾ, ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਸਤਿਗੁਰੂ ਆਪਣੇ ਪਿਆਰਿਆਂ ਦੇ ਕਾਜ ਏਦਾਂ ਸੇਕ ਪੈਂਦਾ ਨੇੜੇ ਜਾਂਦੇ ਨੇ, ਜਦੋਂ ਨੇੜੇ ਨਹੀਂ ਜਾਇਆ ਜਾਂਦਾ ਸੇਕ ਪੈਂਦਾ। ਭਾਜਾ ਇਹ ਕਹਿੰਦੇ ਉਹਦੇ ਘਰ ਨੂੰ ਅੱਗ ਨਹੀਂ ਲੱਗਦੀ, ਪਤਾ ਨਹੀਂ ਕੀ ਖੇਡ ਵਰਤੀ ਹੈ। ਵੇਖੋ ਹਰ ਤਰ੍ਹਾਂ ਦੇ ਯਤਨ ਕਰਨ ਤੋਂ ਬਾਅਦ ਫਿਰ ਉਹ ਜੋਗੀ ਆਪ ਗਿਆ ਸੀ, ਨਾ ਹੀ ਜਦੋਂ ਆਇਆ ਕੋਈ ਤੇ ਫਿਰ ਭਾਈ ਤਿਲਕੂ ਆ ਵਾਹਿਗੁਰੂ ਭਾਈ ਤਿਲਕੂ ਦੇ ਘਰ ਉਹ ਜੋਗੀ ਆਪ ਪੜਿਆ, ਬੂਹੇ ਅੱਗੇ ਜਾ ਕੇ ਖਲੋ ਕੇ ਅਲਖ ਜਗਾਉਂਦਾ, ਭਾਈ ਤਿਲਕੂ ਬੂਹਾ ਖੋਲ ਮੈਂ ਆ ਜੋਗੀ। ਕਹਿੰਦੇ ਮੈਂ ਤੇਰੇ ਦਰਸ਼ਨ ਹੀ ਨਹੀਂ ਕਰਨੇ, ਮੈਂ ਤੇਰੇ ਮੱਥੇ ਨਹੀਂ ਲੱਗਣਾ, ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ, ਜਾ ਚੱਲਿਆ ਜਾ ਅੰਦਰ ਬੈਠਾ, ਕੁੰਡੀ ਲਾਈ ਹੋਈ ਹੈ, ਦਰਵਾਜ਼ਾ ਬੰਦ ਕੀਤਾ ਹੋਇਆ। ਓਏ ਤਿਲਕੂ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ, ਮੈਂ ਤੇਰੇ ਦਰਸ਼ਨ ਕਰਨ ਆਇਆ, ਵੀ ਕਿਹੜਾ ਹੈ ਤੂੰ ਏਡਾ ਪੱਕਾ, ਮੈਂ ਵੇਖਣਾ ਚਾਹੁੰਦਾ ਵੀ ਕੌਣ ਹੈ, ਜਰਾ ਦਰਸ਼ਨ ਦੇ ਆ ਕੇ ਬਾਹਰ। ਮਹਾਂਪੁਰਖਾਂ ਤੋਂ ਸੁਣਦੇ ਰਹੇ ਆ ਉਹਨਾਂ ਆਖਣਾ ਕਿ ਭਾਈ ਆਪਣਾ ਜੀਵਨ ਏਦਾਂ ਦਾ ਬਣਾਓ ਤੁਹਾਡੇ ਵੱਲ ਵੇਖ ਕੇ ਕਿਸੇ ਦਾ ਜੀਵਨ ਬਣੇ। ਜੀਵਨ ਹੀ ਇੱਕ ਪ੍ਰਚਾਰ ਬਣ ਜਾਂਦਾ ਜਦੋਂ ਅੰਦਰੋਂ ਕੋਈ ਜੁੜਿਆ ਹੋਇਆ ਹੁੰਦਾ, ਉਹਨੂੰ ਵੇਖ ਵੇਖ ਕੇ ਹੀ ਬਣ ਜਾਂਦਾ ਜੀਵਨ। ਸਵੇਰੇ ਉੱਠ ਕੇ ਕਿਸੇ ਦੇ ਘਰ ਜਾ ਕੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਬਹਿ ਜਾਓਗੇ, ਰੌਲਾ ਰੱਪਾ ਪਾਉਣ ਦੀ ਲੋੜ ਨਹੀਂ, ਬਸ ਇਸ਼ਨਾਨ ਕਰ ਲਓ ਮੰਜੇ ਤੇ ਬਹਿ ਜਾਓ, ਵੇਖ ਕੇ ਹੀ ਪਰਿਵਾਰ 'ਚ ਕੋਈ ਨਾ ਕੋਈ ਆਖੇਗਾ ਆਪਣੇ ਵਰਗਾ ਬਣਾ। ਏਦਾਂ ਦਾ ਜੀਵਨ ਗੁਰਸਿੱਖ ਦਾ ਹੋਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਏਦਾਂ ਦਾ ਗੁਰਸਿੱਖ ਜਦੋਂ ਗੁਰੂ ਦੇ ਰੰਗੇ ਪਿਆਰ ਵਿੱਚ ਰੰਗੇ ਹੋਏ ਗੁਰਸਿੱਖਾਂ ਦੇ ਕੋਈ ਦਰਸ਼ਨ ਕਰਦਾ ਫਿਰ ਆਪੇ ਮਗਰ ਲੱਗ ਤੁਰਦਾ ਹੈ, ਜਿੱਦਾਂ ਦੇ ਤੁਸੀਂ ਹੋ ਉਦਾਂ ਦੇ ਬਣਾਓ। ਭਾਈ ਤਿਲਕੂ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ, ਬੂਹਾ ਖੋਲਿਆ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਦਰਵਾਜ਼ਾ ਖੋਲ ਜੋਗੀ ਕਹਿੰਦਾ ਸੀ। 110 ਸਾਲ ਦਾ ਸੀ, 110 ਸਾਲ ਦੀ ਉਮਰ ਸੀ ਉਹਦੀ, ਬੜਾ ਮਾਣ ਸੀ ਉਹਨੂੰ ਆਪਣੇ ਆਪ ਉੱਤੇ ਵੀ ਮੈਂ ਬੜੀ ਸਾਧਨਾ ਕੀਤੀ ਹੈ, ਮੈਂ ਬੜਾ ਜਪ ਤਪ ਕੀਤਾ ਹੈ, ਭਜਨ ਕਰ ਲੈਣਾ ਸੌਖਾ ਹੈ, ਇਹਨੂੰ ਪਹੁੰਚਾਉਣਾ ਬੜਾ ਔਖਾ ਹੈ, ਜੇ ਕੋ ਖਾਵੇ ਜੇ ਕੋ ਪੁੰਚੇ।
ਤਿਸਕਾ ਹੋਏ ਉਧਾਰੂ ਮਾਨ ਆ ਜਾਂਦਾ ਮਨ ਵਿੱਚ ਮੈਂ ਇੰਨਾ ਨਿਤਨੇਮੀ ਆ ਮੈਂ ਇੰਨਾ ਭਜਨ ਕਰਨਾ ਇਸ ਕਰਕੇ ਸੇਵਾ ਗੁਰੂ ਘਰ 'ਚ ਜ਼ਰੂਰੀ ਹੈ ਸੇਵਾ ਨਾਲ ਭਾਂਡਾ ਬਣ ਜਾਂਦਾ ਫਿਰ ਵਿੱਚ ਸਿਮਰਨ ਟਿਕ ਜਾਂਦਾ ਹੈ ਜਿਹੜਾ ਕਿ ਇਕੱਲਾ ਸਿਮਰਨ ਕਰੀਏ ਫਿਰ ਮਾਨ ਆ ਜਾਂਦਾ ਮਨ ਵਿੱਚ ਫਿਰ ਐਵੇਂ ਹੋਛਾਪਨ ਆ ਜਾਂਦਾ ਕਈ ਵਾਰੀ ਸਿਮਰਨ ਭਜਨ ਲਾਜ਼ਮੀ ਹੈ ਪਰ ਉਹਨੂੰ ਸੰਭਾਲਣ ਵਾਸਤੇ ਹਿਰਦਾ ਸ਼ੁੱਧ ਹੋਵੇ ਤੇ ਹਿਰਦਾ ਸ਼ੁੱਧ ਸੇਵਾ ਨਾਲ ਹੁੰਦਾ ਹੈ 110 ਸਾਲਾਂ ਦਾ ਨੂੰ ਆਪਣੀ ਉਮਰ ਦਾ ਹੀ ਬੜਾ ਮਾਨ ਹੈ ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ ਵੱਡੇ ਵੱਡੇ ਮੁਨੀ ਰਿਸ਼ੀ ਮੁਨੀ ਇਸ ਹੰਕਾਰ ਨੇ ਗਾਲ ਦਿੱਤੇ ਮਾਇਆ ਜਦੋਂ ਆਪਣੀ ਖੇਡ ਵਰਤਾਉਂਦੀ ਹੈ ਨਾ ਐਸਾ ਮਾਇਆ ਦਾ ਚੱਕਰ ਪੈਂਦਾ ਹੈ ਉਹ ਫਿਰ ਪਤਾ ਹੀ ਨਹੀਂ ਲੱਗਦਾ ਵੱਡੇ ਵੱਡੇ ਸਾਧ ਸੰਗਤ ਜੀ ਜੋਗੀ ਸਭ ਕੁਝ ਜਪ ਤਪ ਛੱਡ ਕੇ ਫਿਰ ਇਹਦੇ ਪਿੱਛੇ ਲੱਗ ਪੈਂਦੇ ਆ ਹੰਕਾਰ ਦੇ ਧੱਕੇ ਚੜਿਆ ਬੰਦਾ ਪਤਾ ਹੀ ਨਹੀਂ ਕੀ ਕੁਝ ਕਰ ਪੈਂਦਾ ਹੈ ਤੇ ਕਹਿੰਦੇ ਨੇ ਬੜਾ ਮਾਨ ਸੀ ਮਨ ਵਿੱਚ ਕਹਿੰਦਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਇੱਕ ਵਾਰੀ ਬੂਹਾ ਖੋਲ ਮੈਂ ਤੇਰੇ ਦਰਸ਼ਨ ਕਰਨੇ ਆ ਭਾਈ ਤਿਲਕੂ ਨੇ ਦਰਵਾਜ਼ਾ ਖੋਲਿਆ ਜਦੋਂ ਇਹਨੇ ਦਰਸ਼ਨ ਕੀਤੇ ਚਰਨਾਂ ਤੇ ਡਿੱਗ ਪਿਆ ਧੰਨ ਹੈ ਉਹ ਸਿੱਖਾ ਤੂੰ ਮੰਨਦਾ ਹੀ ਨਹੀਂ ਸਾਰੀ ਦੁਨੀਆ ਮੇਰੇ ਦਰਸ਼ਨ ਕਰਨ ਆਈ ਹੈ ਸਾਰੇ ਲੋਕ ਮੇਰੇ ਪਿੱਛੇ ਪਿੱਛੇ ਫਿਰਦੇ ਆ ਤੇ ਤੂੰ ਇਕੱਲਾ ਹੀ ਧੰਨ ਹੈ ਤੂੰ ਇਹ ਕਿੱਥੋਂ ਸਿੱਖਿਆ ਤੂੰ ਸਾਰਾ ਕੁਝ ਕਹਿੰਦੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿੱਥੇ ਰਹਿੰਦੇ ਨੇ ਅੰਮ੍ਰਿਤਸਰ ਕਹਿੰਦਾ ਮੈਨੂੰ ਦਰਸ਼ਨ ਕਰਾ ਕਹਿੰਦੇ ਜ਼ਰੂਰ ਦਰਸ਼ਨ ਹੋ ਜਾਣਗੇ ਕਦੋਂ ਕਹਿੰਦਾ ਮੈਂ ਤੇ ਹੁਣੇ ਹੀ ਜਾਣ ਨੂੰ ਤਿਆਰ ਕਹਿੰਦੇ ਚਲੋ ਫਿਰ ਜੋਗੀ ਨੂੰ ਨਾਲ ਲੈ ਕੇ ਦਰਸ਼ਨ ਕਰਾਉਣ ਲਈ ਭਾਈ ਤਿਲਕੂ ਗੜ ਸ਼ੰਕਰ ਤੋਂ ਅੰਮ੍ਰਿਤਸਰ ਸਾਹਿਬ ਜਾ ਰਿਹਾ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪੁੱਛਦਾ ਹੈ ਜੋਗੀ ਪੁੱਛਦਾ ਹੈ ਤੇਰੇ ਗੁਰੂ ਦੀ ਉਮਰ ਕਿੰਨੀ ਇਹ ਦੱਸ ਤੇਰੇ ਗੁਰੂ ਦੀ ਉਮਰ ਕਿੰਨੀ ਭਾਈ ਤਿਲਕੂ ਆਖਣ ਲੱਗਾ ਮੇਰੇ ਸਤਿਗੁਰੂ ਦੀ ਉਮਰ 35-36 ਸਾਲ ਜਦੋਂ ਸੁਣਿਆ 35-36 ਸਾਲ ਦੀ ਆਖਣ ਲੱਗਾ ਉਹ ਤੇ ਕੱਲ ਦਾ ਬੱਚਾ ਹੈ ਮੇਰੀ ਉਮਰ 110 ਸਾਲਾਂ ਦੀ ਮੈਂ ਉਹਨੂੰ ਮੱਥਾ ਟੇਕਾਂਗਾ ਜਾ ਕੇ ਮੇਰੇ ਹਾਣ ਦਾ ਹੋਵੇ ਚਲੋ ਫਿਰ ਵੀ ਠੀਕ ਹੈ ਉਹ ਤੇ ਬਹੁਤ ਛੋਟੀ ਉਮਰ ਹੈ ਹੁਣ 110 ਸਾਲ ਵਾਲੇ ਨੂੰ ਤੇ 35-36 ਸਾਲ ਵਾਲਾ ਬੱਚਾ ਹੀ ਲੱਗਣਾ ਹੈ ਉੱਥੇ ਹੀ ਖਲੋ ਗਿਆ ਕਹਿੰਦਾ ਮੈਂ ਨਹੀਂ ਜਾਣਾ ਮੈਂ ਤੇਰੇ ਗੁਰੂ ਦੇ ਦਰਸ਼ਨ ਨਹੀਂ ਕਰਨੇ ਮੈਂ ਉਹਨੂੰ ਮੱਥਾ ਕਿੱਦਾਂ ਟੇਕਾਂਗਾ ਜੋਗੀ ਆਖਣ ਲੱਗਾ ਭਾਈ ਤਿਲਕੂ ਆਖਣ ਲੱਗਾ ਜੋਗੀ ਜੀ ਨਾ ਮੱਥਾ ਟੇਕਿਓ ਪਰ ਇੱਕ ਵਾਰੀ ਚੱਲੋ ਤੇ ਸਹੀ ਇੱਕ ਵਾਰੀ ਚੱਲੋ ਤੇ ਸਹੀ ਇੱਕ ਵਾਰੀ ਦਰਸ਼ਨ ਕਰੋ ਤੇ ਸਹੀ ਉਹਨੂੰ ਪੂਰਾ ਭਰੋਸਾ ਸੀ ਇਹ ਇੱਥੇ ਹੀ ਗੱਲਾਂ ਮਾਰਦਾ ਜਦੋਂ ਇੱਕ ਵਾਰੀ ਮੇਰੇ ਸਤਿਗੁਰੂ ਦੇ ਸਾਹਮਣੇ ਗਿਆ ਨਾ ਇਹਦਾ ਹੰਕਾਰ ਉਹਨਾਂ ਨੇ ਆਪੇ ਕੱਢ ਦੇਣਾ ਹੈ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਹਉਮੈ ਦੇ ਰੋਗ ਨੂੰ ਮਹਾਰਾਜ ਨੇ ਕੱਟ ਦੇਣਾ ਹੈ ਇਹ ਇੱਥੇ ਹੀ ਕਹਿੰਦਾ ਹੈ ਪਹਿਲਾਂ ਸੋਚ ਲਓ ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ ਸੋਚ ਲਓ ਸੋਚ ਲਓ ਇਹ ਪ੍ਰੇਮ ਲੁਕੋਇਆ
ਹੋਇਆ ਵੀ ਨਹੀਂ ਜਾਣਾ। ਜਦੋਂ ਪੂਰਿਆਂ ਗੁਰਾਂ ਦੇ ਕਦੇ ਹੋਇਆ ਸਾਹਮਣੇ ਤੇਰਾ ਹੱਸਣਾ ਤੇ ਵੱਖ, ਤੇਥੋਂ ਰੋਇਆ ਵੀ ਨਹੀਂ ਜਾਣਾ। ਅੱਗ ਵਿੱਚ ਪੈ ਗਈ ਕਿਤੇ ਛਾਲ ਮਾਰਨੀ, ਪਿੱਛੇ ਹਟਣਾ ਵੀ ਮਿਹਣਾ, ਅੱਗੇ ਹੋਇਆ ਵੀ ਨਹੀਂ ਜਾਣਾ। ਇੱਕ ਵਾਰੀ ਮਹਾਰਾਜ ਸਾਹਿਬ ਦੇ ਦਰਸ਼ਨ ਤੇ ਕਰੇ ਤੇ ਇੱਥੇ ਹੀ ਕਰਨਾ ਸਾਰਾ ਕੁਝ। ਉਹਨਾਂ ਦੇ ਦਰਸ਼ਨ ਕਰਕੇ ਤੇ ਵੱਡੇ ਵੱਡੇ ਝੁੱਕ ਜਾਂਦੇ ਆ। ਜਦੋਂ ਗੁਰਮੁਖੋ ਆਖਣ ਲੱਗਾ ਭਾਈ ਤਿਲਕੂ ਨਾ ਮੱਥਾ ਟੇਕੀ, ਉਹ ਜੋਗੀਆ ਇੱਕ ਵਾਰੀ ਚੱਲ ਤੇ ਸਹੀ ਅੰਮ੍ਰਿਤਸਰ ਦੀ ਧਰਤੀ ਤੇ। ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਗਏ ਮਹਾਰਾਜ ਦੇ ਦਿਦਾਰਾਂ ਲਈ। ਤਿਲਕੂ ਨੇ ਬੇਨਤੀ ਕੀਤੀ ਸਤਿਗੁਰੂ, ਗੁਪਤੀ ਕੀਤੀ ਬੇਨਤੀ ਵੀ ਇਹ ਹੰਕਾਰੀ ਆ ਰਿਹਾ, ਹੰਕਾਰ ਦਾ ਭਰਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾ ਕਰ। ਇਹ ਅਰਦਾਸ ਇਹਨੇ ਗੁਪਤ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਇੱਕ ਤੰਬੂ ਲਵਾ ਲਿਆ। ਤੰਬੂ ਦੇ ਵਿਚਾਲੇ ਮਹਾਰਾਜ ਕਹਿੰਦੇ ਕਨਾਤ ਲਾ ਦਿਓ, ਇੱਕ ਪੜਦਾ, ਇੱਕ ਪਾਸੇ ਸਾਡਾ ਆਸਣ ਲਾਓ, ਸਿੱਖਾਂ ਨੂੰ ਕਹਿੰਦੇ ਨੇ, ਇੱਕ ਪਾਸੇ ਗੜ੍ਹ ਸ਼ੰਕਰ ਤੋਂ ਆ ਰਿਹਾ ਭਾਈ ਤਿਲਕੂ, ਉਹਦੇ ਨਾਲ ਇੱਕ ਜੋਗੀ ਆ, ਉਹਨਾਂ ਨੂੰ ਦੂਜੇ ਪਾਸੇ ਪਾ ਦਿਓ, ਵਿਚਾਲੇ ਪੜਦਾ ਲਾਓ। ਸਤਿਗੁਰੂ ਦੇ ਆਉਣ ਤੋਂ ਪਹਿਲਾਂ ਤੰਬੂ ਲੱਗ ਗਿਆ, ਵਿਚਾਲੇ ਕਨਾਤ ਪੜਦਾ ਵੀ ਲੱਗ ਗਿਆ। ਜਦੋਂ ਭਾਈ ਤਿਲਕੂ ਪਹੁੰਚਿਆ, ਅਰਦਾਸਾਂ ਤੇ ਕਰਦਾ ਹੀ ਆ ਰਿਹਾ ਸੀ, ਸਤਿਗੁਰੂ ਇਹਨੂੰ ਇਹ ਹੰਕਾਰੀ ਦਾ ਹੰਕਾਰ ਕੱਢ ਦਿਓ। ਜਦੋਂ ਆਪਣੇ ਸਿੱਖ ਮਿਲੇ ਕਹਿੰਦੇ ਤਿਲਕੂ ਆ ਤੰਬੂ ਲਵਾਇਆ ਮਹਾਰਾਜ ਨੇ, ਇਹਦੇ ਚ ਬਹਿ ਜਾਓ, ਜਲ ਪਾਣੀ ਛੱਕ ਕੇ ਇਹਦੇ ਚ ਬੈਠੋ। ਕਹਿੰਦੇ ਤੰਬੂ ਸਾਡੇ ਲਈ ਲਵਾਇਆ? ਕਹਿੰਦੇ ਮਹਾਰਾਜ ਨੇ ਲਵਾਇਆ ਸੀ ਵੀ ਇੱਦਾਂ ਤੰਬੂ ਲਾਓ, ਵਿਚਾਲੇ ਇੱਕ ਕਨਾਤ ਲਾ ਦਿਓ, ਇੱਕ ਪਾਸੇ ਸਾਡਾ ਆਸਣ ਲਾਓ, ਦੂਜੇ ਪਾਸੇ ਤਿਲਕੂ ਤੇ ਉਹਦੇ ਨਾਲ ਜੋਗੀ ਆ ਰਿਹਾ, ਇਹ ਮਹਾਰਾਜ ਨੇ ਲਵਾਇਆ ਹੈ। ਭਾਈ ਤਿਲਕੂ ਸਮਝ ਲਿਆ, ਸਮਝ ਗਿਆ ਵੀ ਇਹ ਹੰਕਾਰੀ ਦਾ ਹੰਕਾਰ ਕੱਢਣ ਲਈ ਮਹਾਰਾਜ ਕਿਰਪਾ ਕਰਨਗੇ, ਕੋਈ ਖੇਡ ਐਸੀ ਵਰਤਾਣਗੇ ਜ਼ਰੂਰ। ਫਿਰ ਜਦੋਂ ਇੱਕ ਪਾਸੇ ਬੈਠ ਗਏ, ਦੂਸਰੇ ਪਾਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਸਜ ਗਏ। ਆਵਾਜ਼ ਸੁਣਦੀ ਸੀ, ਦਰਸ਼ਨ ਨਹੀਂ ਸਨ ਹੁੰਦੇ, ਆਵਾਜ਼ ਸੁਣਦੀ ਸੀ। ਮਹਾਰਾਜ ਆਖਣ ਲੱਗੇ ਭਾਈ ਤਿਲਕੂ ਇਹਨੇ ਪਛਾਣ ਲਿਆ, ਮੱਥਾ ਦੂਜੇ ਪਾਸੋਂ ਹੀ ਟੇਕਿਆ, ਜੋਗੀ ਉਹ ਵੀ ਬੈਠਾ, ਇਹਨੇ ਨਹੀਂ ਮੱਥਾ ਟੇਕਿਆ, ਆਵਾਜ਼ ਸੁਣਦੀ ਹੈ। ਸਤਿਗੁਰੂ ਆਖਣ ਲੱਗੇ ਤਿਲਕੂ ਤੇਰਾ ਕੀ ਹਾਲ ਹੈ? ਮਹਾਰਾਜ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਹੈ। ਮਹਾਰਾਜ ਕਹਿੰਦੇ ਅੱਜ ਕਿਹਨੂੰ ਨਾਲ ਲੈ ਕੇ ਆਇਆ ਹੈ? ਮਹਾਰਾਜ ਜੋਗੀ ਹੈ, ਬੜੀ ਭਗਤੀ ਹੈ, ਬੜੀ ਵੱਡੀ ਉਮਰ ਹੈ। ਸਤਿਗੁਰੂ ਕਹਿੰਦੇ ਜੋਗੀ ਜੀ ਤੁਹਾਡਾ ਕੀ ਹਾਲ ਹੈ? ਮਹਾਰਾਜ ਠੀਕ ਹੈ। ਸਤਿਗੁਰੂ ਆਖਣ ਲੱਗੇ ਇੱਕ ਗੱਲ ਦੱਸੋ। ਕਹਿੰਦੇ ਮਹਾਰਾਜ ਪੁੱਛੋ ਕੀ ਹੁਕਮ? ਹਰ ਬੰਦੇ ਦੇ ਦੋ ਕੰਨ ਹੁੰਦੇ ਨੇ, ਤੁਹਾਡਾ ਇੱਕ ਕੰਨ ਨੇ, ਇਹ ਕਿਉਂ? ਜੋਗੀ ਨੇ ਇਕਦਮ ਆਪਣੇ ਕੰਨ ਤੇ ਹੱਥ ਮਾਰਿਆ, ਆਖਣ ਲੱਗਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੇਰਾ ਇੱਕ ਕੰਨ ਹੈ, ਇੱਕ ਹੈ ਹੀ ਨਹੀਂ? ਫਿਰ ਸੋਚਦਾ ਕਿਸੇ ਨੇ ਦੱਸ ਨਾ ਦਿੱਤਾ ਹੋਵੇ ਆ ਕੇ, ਕੀ ਪਤਾ ਲੱਗਦਾ ਕਿਸੇ ਨੇ ਵੇਖ ਲਿਆ ਹੋਵੇ, ਦੱਸਤਾ ਹੋਏਗਾ। ਕਹਿੰਦਾ ਮਹਾਰਾਜ ਕਈ ਸਾਲ ਹੋ ਗਏ, ਲੰਮੀ ਕਹਾਣੀ। ਮਹਾਰਾਜ ਕਹਿੰਦੇ ਸੁਣਾ, ਤੇਰਾ ਕੰਨ ਕਿਵੇਂ ਕੱਟਿਆ ਗਿਆ? ਕਹਿੰਦਾ ਮੇਰੀ ਉਮਰ 110 ਸਾਲ ਦੀ ਹੈ ਹੁਣ, ਉਦੋਂ ਮੈਂ 90 ਸਾਲ ਦਾ ਸੀ। ਵਾਹਿਗੁਰੂ, 90 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ 20 ਸਾਲ ਦੀ ਉਮਰ ਸੀ, ਸਿਰਫ 20। ਮੈਂ ਨਵਾਂ ਨਵਾਂ ਹੀ ਯੋਗ ਧਾਰਨ ਕੀਤਾ ਸੀ, ਕੰਨ 'ਚ ਮੁੰਦਰਾਂ ਪਾਈਆਂ, ਕੰਨਾਂ 'ਚ ਦਰਿਆ ਪਾਰ ਕਰ ਰਿਹਾ ਸਾਂ, ਬੇੜੀ 'ਚ ਬੈਠਾ। ਹੋਰ ਵੀ ਬਹੁਤ ਲੋਕ ਬੇੜੀ ਵਿੱਚ ਸਨ, ਪਰ ਇੱਕਦਮ ਬੇੜੀ ਡਗਮਗਾਉਣ ਲੱਗ ਗਈ, ਭੁਚਾਲ ਆ ਗਿਆ। ਦਰਿਆ ਦਾ ਜਿਹੜਾ ਬੇੜੀ ਚਲਾਉਣ ਵਾਲਾ ਮਲਾਹ ਸੀ ਨਾ, ਉਹ ਆਖਣ ਲੱਗਾ ਦਰਿਆ ਨੂੰ ਬਲੀ ਦੇਣੀ ਪੈਗੀ ਇੱਕ ਬੰਦੇ ਦੀ, ਫਿਰ ਇਹ ਠੀਕ ਹੋਏਗਾ। ਕਹਿੰਦਾ ਕਿਹਨੂੰ ਵਿੱਚ ਸੁੱਟਿਆ ਜਾਏ? ਮਲਾਹ ਨੇ ਆਖਿਆ ਬਲੀ ਦੇ ਦਿਓ, ਫਿਰ ਸਹੀ ਚੱਲੇਗੀ ਬੇੜੀ, ਹੋਰ ਤੇ ਕੋਈ ਮਿਲਿਆ ਨਾ। ਕਹਿੰਦੇ ਕਹਿੰਦੇ ਇਹਨੂੰ ਸੁੱਟੋ ਵਿੱਚ, ਸਾਰੇ ਬੱਚਿਆਂ ਵਾਲੇ ਆ, ਇਹ ਇਕੱਲਾ ਹੀ ਹੈ। ਕਹਿੰਦੇ ਇਹਦੇ ਇਹਨੇ ਕਿਹੜਾ ਵਿਆਹ, ਇਹਦੇ ਕਿਹੜਾ ਬੱਚੇ ਰੋਂਦੇ, ਇਹਨੂੰ ਸੁੱਟੋ। ਉਹ ਕਹਿੰਦੇ ਮੈਂ ਬੜੇ ਤਰਲੇ ਲਏ, ਪਰ ਮੈਨੂੰ ਜ਼ਬਰਦਸਤੀ ਚੁੱਕਿਆ, ਚੁੱਕ ਕੇ ਫਿਰ ਪਾਣੀ ਦੇ ਵਿੱਚ ਸੁੱਟ ਦਿੱਤਾ। ਤਰਲੇ ਮੈਂ ਬੜੇ ਕੀਤੇ, ਕਿਸੇ ਨੇ ਮੇਰੀ ਇੱਕ ਨਾ ਸੁਣੀ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਫਿਰ ਮੈਂ
बेहोश हो गया, पता नहीं मैं बचिया किवें, किनारे आ गया, मैं आपे लग गया कंडे ते। जदों मैनू होश आई उदों मैनू पता लगा भी मेरा कन्न कट लिया किसे, कोई मच्छी होएगी पता नहीं जा कोई होर जानवर होना, पानी च कटिया मेरा कन्न। महाराज कहिंदे किन्ने साल हो गए, कहिंदा 90। महाराज कहिंदे कल्ला कन्न ही सी के मुंदर भी, कहिंदा महाराज मुंदर भी पाई सी, उहदे नाल दी मुंदर अजे भी मेरे कन्न च है, दूजे कन्न च। यह दो ही मुंदरां मेरे गुरु ने पवाईआं सी, एक गई एक है अजे भी। 90 साल हो गए महाराज कहिंदे, कहिंदा हां महाराज 90 साल। सतगुरां ने पड़दा जिहड़ा विचाले लगा सी ना पड़दा, वह पड़दे दे थल्लों अपना हथ कढ़िया, कल्ला ही हथ बाहर कढ़िया, हथ दे उत्ते उही मुंदर रखी हुई है जिहड़ी 90 साल पहला गवाची सी, और गवाची भी पानी दे विच सी। महाराज कहिंदे वेख इह तेरू ही मुंदर है, कहिंदा सतगुरु मेरी हुई है। महाराज कहिंदे पछाण चंगी तरह वेख लै, वह मुंदर नाल मुंदर ला के वेखदा है, इह ते उही है जिहड़ी मेरे गुरु ने मैनू मुंदर पवाई सी, इन्हां कोल कित्थों आ गई, 90 साल पहला गवाची भी पानी च पता नहीं किधर गई। उस वेले समझ आ गई, कहिंदे मना ओए मूर्खा, अपनी उम्र का मान करना है, इन्हां नू छोटे समझना है, भी 35-36 साल की उम्र है अजे। उस वेले कहन लगा सतगुरु मैनू माफ कर दे, आ पड़दा चकाओ छेती, मैं दर्शन करना। सतगुरु जी महाराज पड़दा ना चकान, कहिंदे नहीं जोगी जी तुहाडी एडी उम्र है, इन्ना जप तप है। कहिंदा महाराज बड़ा जप तप कीता, बड़ा जोग कमाया, पर अज हुण नहीं, बस हुण ते इक्को ही इच्छा है।